पराली ना सड़न तो बचाने विच सहयोग कर रहे किसान गंडा बनाउण दे नाल बनाउंदे है पशुआं लई चारा। मशीनरी अते मुआवजा देण दी कर रहे मंग पराली नूं अग ना लगा के माहौल नूं साफ रखण विच सहयोग करनगे किसान। मानसे दे पिंड भैनी वागा दे कुछ किसान इत्थे झोने दी पराली नूं अग ना लगा के माहौल नूं साफ रखण विच सहयोग कर रहे हन। उत्थे ही पराली दीआं गंडां बनवा के बिजली उत्पादन लई भेजण दे नाल नाल पशुआं लई चारे दे रूप विच वी इस्तेमाल कर रहे हन। फिर भी किसान पराली प्रबंधन लई मुआवजा अते मशीनरी दिते जाण दी मंग कर रहे हन, जदों कि डीसी किसानां वल्लों पराली नूं अग ना लगा के माहौल नूं साफ रखण विच सहयोग दी मंग कर रहे हन। मानसा दे डिप्टी कमिश्नर वल्लों किसानां नूं पराली नूं अग ना लाउण दी मंग कीती जा रही है। उस दे नाल ही किसानां नूं हदायतां भी जारी कीतियां हन, मशवरे भी कीते गए हन, उन्हां नूं बेनती भी कीती गई है किसी भी कीमत उत्ते पराली नूं अग ना लाउण। पराली नूं अग ना लाउण नाल वातावरण अते लोकां दी सेहत नूं बचाया जा सकदा है। जिहड़ी साडी इक समस्या है पंजाब दी पराली नूं अग लाउण दी, उहदे वास्ते भी उन्हां नूं जिहड़ी है असीं हिदायतां कीतियां, उन्हां नाल विचार सांझा कीता है ते उन्हां नूं बेनती कीती है कि वह किसी भी कीमत ते अपनी पराली नूं जिहड़ी है अग ना लाउण, अपने वातावरण नूं जिहड़ा असीं बचा सकीए ते लोकां दी सेहत नूं ते जान माल दी भी राखी कर सकीए। ਇਹਦਾ ਜੀ ਬਸ ਇਹ ਮਸ਼ੀਨਰੀਆਂ ਸਾਡੇ ਕੋਲ ਕੁਛ ਹੈਗੀਆਂ ਨੇ ਆਪਣੀਆਂ ਦੀ, ਉਹਦੇ ਨਾਲ ਅਸੀਂ ਇਹਨਾਂ ਨੂੰ ਝੋਨੇ ਵਢਾਈ ਸ਼ੁਰੂ ਹੋ ਗਈ ਆ, ਗੱਠਾਂ ਬਣਾਉਣ ਲੱਗ ਪਏ ਹਾਂ। ਇਹ ਅਸੀਂ ਕੁਛ ਤਾਂ ਜੀ ਕੋਖਰ ਗਊਸ਼ਾਲਾ ਬਣੀ ਆ ਉੱਥੇ ਚਾਰੇ ਵਾਸਤੇ ਵਰਤੋਂ ਲਈ ਸਿੱਟਿਆਉਣੇ ਆ, ਅਤੇ ਕੁਛ ਜੀ ਜਿਹੜਾ ਬਿਜਲੀ ਪਲਾਂਟ ਬਣਿਆ ਹੈਗਾ ਕੋਖਰ ਉੱਥੇ ਪਹੁੰਚਾਉਣੇ ਆ। ਅਤੇ ਇਹ ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਜਿਹੜਾ ਵੀ 200-250-300-300 ਜੋ ਵੀ ਬਣਦਾ ਸਾਡਾ ਮੁਆਵਜ਼ਾ ਵੀ ਉਹ ਦਿੱਤਾ ਜਾਵੇ ਅਤੇ ਜਿਹੜੀ ਵੀ ਇਹ ਪ੍ਰਦੂਸ਼ਣ ਨੂੰ ਠੱਲ ਪਾਈ ਜਾ ਸਕੇ ਜੀ। ਕਿਸਾਨਾਂ ਕੋਲ ਗੱਲ ਕਰੀਏ ਦੋ ਤਿੰਨ ਉਪਰਾਲੇ ਹੁੰਦੇ ਨੇਗੇ ਵੀ ਪਹਿਲਾਂ ਤਾਂ ਇਹੀ ਹੁੰਦਾ ਵੀ ਉਹ ਗੱਠਾਂ ਬਣਾਈਆਂ ਜਾਣ, ਜਿਵੇਂ ਇੱਧਰ ਤੁਸੀਂ ਦੇਖਿਆ ਵੀ ਗੱਠਾਂ ਬਣਾਈਆਂ ਨੇ। ਦੂਜਾ ਇੱਕ ਦੂਸਰਾ ਤਰੀਕਾ ਹੈਗਾ ਵੀ ਜਿਵੇਂ ਪਿਛਲੇ ਸਾਲ ਵੀ ਅਸੀਂ ਉਹ ਬਣਾਇਆ ਸੀ ਉਹਦਾ ਚਾਰਾ ਬਣਾ ਲੈਂਦੇ ਹਾਂ, ਜਿਹੜੀ ਨਾ ਤੂੜੀ ਬਣਾਉਣੀ ਉਹ ਮਸ਼ੀਨਾਂ ਬਣਾਉਣਾ ਐਤਕੀ ਵੀ ਅਸੀਂ ਬਣਾਵਾਂਗੇ ਉਹ, ਕਿਉਂ ਸਰਦੀਆਂ ਦੇ ਵਿੱਚ ਡੰਗਰਾਂ ਥੱਲੇ ਸੁੱਕਦੇ ਕੰਮ ਵੀ ਆਉਂਦੀ ਆ, ਉਹ ਤੂੜੀ 'ਚ ਰਲਾ ਕੇ ਵੀ ਉਹ ਪੈ ਸਕਦੀ ਹੈ। ਜਿਵੇਂ ਗਊਸ਼ਾਲਾ ਵਾਲੇ ਆ ਉਹਨਾਂ ਵੱਲੋਂ ਵੀ ਮੰਗ ਹੈ ਵੀ ਉਹ ਸਾਨੂੰ ਮੰਨ ਲਓ ਇਹ ਭੇਜੀ ਜਾਵੇ, ਕੁਛ ਉਹਨਾਂ ਦੇ ਨਾਲ ਪੈਸੇ ਹੋ ਜਾਂਦੇ ਆ। ਇਸ ਕਰਕੇ ਵੀ ਜਿਹੜੀ ਅੱਗ ਲਾਉਣੀ ਉਹ ਮਜਬੂਰੀ ਹੈਗੀ। ਦੂਜਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਘੱਟੋ ਘੱਟ ਵੀ ਜਿਹੜਾ ਇਹ ਮੰਨ ਲਓ ਸਹਾਇਤਾ ਦਿੱਤੀ ਜਾਵੇ, ਮੁਆਵਜ਼ਾ ਦਿੱਤਾ ਜਾਵੇ ਜਾਂ 200 ਰੁਪਏ ਕੁਆਟਰ ਦਾ ਪ੍ਰਤੀ ਦਿੱਤਾ ਜਾਵੇ, ਜਿਹੜੇ ਕਿਸਾਨ ਹੈ ਇਹ ਤੋਂ ਮਾੜਾ ਜਿਹਾ ਉਹ ਕਰਨ। ਹੁਣ ਕਿਸਾਨਾਂ 'ਚ ਜਾਗਰਤਾ ਵੀ ਬਹੁਤ ਆ ਰਹੀ ਹੈ, ਪਰ ਕਈ ਇਸ ਤਰ੍ਹਾਂ ਹੁੰਦਾ ਵੀ ਯਾਰ ਮੈਂ ਮੂਹਰੇ ਹੋ ਕੇ ਅੱਗ ਲਾਵਾਂ, ਮੈਂ ਮੂਹਰੇ ਹੋ ਕੇ ਲਾਵਾਂ, ਉਹ ਤੋਂ ਕਿਸਾਨ ਥੋੜ੍ਹਾ ਜਿਹਾ ਹੁਣ ਮੈਨੂੰ ਐਂ ਲੱਗਦਾ ਵੀ ਸਿਆਣੇ ਵੀ ਹੁੰਦੇ ਜਾ ਰਹੇ ਨੇ, ਕਿਉਂਕਿ ਵਾਤਾਵਰਨ ਵੀ ਖਰਾਬ ਹੋ ਰਿਹਾ ਅਤੇ ਸਾਡੇ ਲਵੇ ਜਿਹੜੇ ਉਹਨਾਂ ਦੇ ਦਰਖਤ ਨੇ ਫਲਦਾਰ ਬੂਝੇ ਲੱਗੇ ਆ ਉਹਨਾਂ ਤੱਕ ਵੀ ਸੇਕ ਜਾਂਦਾ ਅਤੇ ਆਪ ਵੀ ਅਸੀਂ ਉਹਦੇ ਵਿੱਚ ਰਹਿੰਦੇ ਹਾਂ।